ਸਦਾਮ ਹਸੈਣ ਦੇ ਬਿਆਨਾਵਾਰਗੇ ਗੱਭਰੂ ਲਿਖਦਾ ਗਾਣੇ ਨਹੀਂ ਸਿੱਧੂ ਮੂਸੇਵਾਲੇ ਨੇ ਜ਼ਿਕਰ ਕੀਤਾ ਆ ਬਹੁਤ ਹੀ ਯਰ ਘੈਂਟ ਇਨਸਾਨ ਸੀਗਾ ਸਦਾਮ ਹਸੈਣ ਵੀਡੀਓ ਪੂਰੀ ਦੇਖਿਓ ਤੇ ਤੁਸੀਂ ਵੀ ਇਸ ਇਨਸਾਨ ਦੇ ਫੈਨ ਹੋ ਜਾਓਗੇ ਬੱਬੂ ਮਾਨ ਨੇ ਵੀ ਆਪਣੇ ਗਾਣੇ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਹੈ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਹੁਣ ਮੈਨੂੰ ਲੱਗਦਾ ਏ ਜੱਟ ਸੀ ਸਦਾਮ ਸਦਾਮ ਹਸੈਣ ਨੂੰ ਜਦੋਂ ਫਾਂਸੀ ਦਿੱਤੀ ਜਾਣੀ ਸੀਗੀ ਜਦੋਂ ਦੇ ਰਹੇ ਸੀ ਫਾਂਸੀ ਉਹ ਹੱਸ ਰਿਹਾ ਸੀ ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਸੀਗੀ ਤੇ ਲੋਕ ਜਿਹੜੇ ਆ ਉਹ ਰੋ ਰਹੇ ਸੀ ਤੁਸੀਂ ਨਹੀਂ ਗਰਗੇ ਮੇਰਾ ਚਿਹਰਾ ਜਿਹੜਾ ਆ ਉਹ ਟਕਿਆ ਨਾ ਜਾਵੇ ਨਕਾਬ ਦੇ ਨਾਲ ਮੈਨੂੰ ਇਦਾਂ ਹੀ ਜਿਹੜੀ ਆ ਕਿ ਮੇਰੇ ਗਲ ਦੇ ਵਿੱਚ ਰੱਸਾ ਪਾ ਕੇ ਮੈਨੂੰ ਲਟਕਾ ਦਿੱਤਾ ਜਾਵੇ ਉਲਟਾ ਜਿਹੜੇ ਜਲਾਦ ਫਾਂਸੀ ਦੇ ਰਹੇ ਸੀਗੇ ਉਹਨਾਂ ਨੇ ਆਪਣੇ ਮੂੰਹ ਨਕਾਬ ਦੇ ਨਾਲ ਟਕਲੇ ਸੀ ਕਿ ਬਾਅਦ ਦੇ ਵਿੱਚ ਲੋਕ ਉਹਨਾਂ ਨੂੰ ਪਹਿਚਾਨ ਕੇ ਕਿਤੇ ਮਾਰ ਨਾ ਦੇਣ ਵੀ ਇੰਨੀ ਤਕੜੀ ਸਦਾਮ ਹਸੈਨ ਦੀ ਫੈਨ ਫਾਲੋਇੰਗ ਸੀਗੀ ਹੁਣ ਤੁਸੀਂ ਕਹੋਗੇ ਯਾਰ ਜੇ ਸਦਾਮ ਹਸੈਨ ਦੀ ਇੰਨੀ ਫੈਨ ਫਾਲੋਇੰਗ ਸੀਗੀ ਤਾਂ ਫਿਰ ਉਸਨੂੰ ਮਾਰਿਆ ਕਿਉਂ ਉਸ ਦੇ ਪਿਛੇ ਕੀ ਸਾਜ਼ਿਸ਼ ਸੀਗੀ ਅੱਜ ਦੀ ਵੀਡੀਓ ਦੇ ਵਿੱਚ ਉਹੀ ਗੱਲਾਂ ਬਾਤਾਂ ਕਰਾਂਗੇ 사담 হোসেন ਇਰਾਕ ਦਾ ਪੰਜਵਾਂ ਰਾਸ਼ਟਰਪਤੀ ਸੀਗਾ ਤੇ ਇਹ ਅਜਿਹਾ ਰਾਸ਼ਟਰਪਤੀ ਸੀਗਾ ਜਿਸ ਨੇ ਅਮਰੀਕਾ ਦੀ ਬੂਥ ਲਵਾਤੀ ਸੀਗੀ ਯਾਨੀ ਕਿ ਅਮਰੀਕਾ ਦੇ ਖਿਲਾਫ ਹੋ ਚੁੱਕਿਆ ਸੀਗਾ ਇਹ ਉਸ ਨੂੰ ਸਮਝ ਆ ਗਈ ਸੀਗੀ ਕਿ ਜਿਹੜੇ ਪੈਟਰੋਲੀਅਮ ਦੇ ਪਦਾਰਥ ਸਾਡੇ ਮੁਲਕ ਦੇ ਵਿੱਚੋਂ ਨਿਕਲਦੇ ਨੇ ਉਹਨਾਂ ਦੇ ਉੱਪਰ ਹੱਕ ਸਾਡਾ ਆ ਨਾ ਕਿ ਪ੍ਰਾਈਵੇਟ ਕੰਪਨੀਆਂ ਦਾ ਨਾ ਕਿ ਕਿਸੇ ਹੋਰ ਮੁਲਕ ਦਾ ਯਾਨੀ ਕਿ ਅਮਰੀਕਾ ਵਰਗੇ ਦਾ ਅਸੀਂ ਆਪਣਾ ਤੇਲ ਖੁੱਦ ਸਾਡੀ ਸਰਕਾਰ ਵੇਚੂਗੀ ਦੂਸਰੇ ਮੁਲਕਾਂ ਨੂੰ ਅਸੀਂ ਜਿਹੜਾ ਵੀ ਮੁਨਾਫਾ ਹੋਊਗਾ ਉਹ ਆਪਣੇ ਦੇਸ਼ ਨੂੰ ਡਿਵੈਲਪ ਕਰਨ ਵਾਸਤੇ ਲਾਵਾਂਗੇ ਤੇ ਸਦਾਮ ਹਸਨ ਨੂੰ ਜਦੋਂ ਫਾਂਸੀ ਦੇਣੀ ਸੀ ਤਾਂ ਇਸ ਦੀ ਆਖਰੀ ਇੱਛਾ ਪੁੱਛੀ ਗਈ ਬਸ ਨੇ ਕਿਹਾ ਕਿ ਇਸ ਨੂੰ ਕਾਲੇ ਰੰਗ ਦਾ ਕੋਟ ਪਹਿਨਾ ਦਿੱਤਾ ਜਾਵੇ ਸਾਰੇ ਜਣੇ ਹੈਰਾਨ ਹੋ ਗਏ ਕਿ ਇੱਕ ਇਨਸਾਨ ਨੂੰ ਜਿਸ ਨੂੰ ਫਾਂਸੀ ਦੇਣੀ ਹੋਵੇ ਉਸ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਕਿ ਮੈਨੂੰ ਮੇਰੇ ਪਰਿਵਾਰ ਨਾਲ ਮਿਲਾ ਦਿਓ ਇਹ 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 ਕਿਹੋ ਜਿਹਾ ਇਨਸਾਨ ਆ ਜਿਹੜਾ ਕਹਿੰਦਾ ਕਿ ਮੈਨੂੰ ਕਾਲੇ ਰੰਗ ਦਾ ਕੋਟ ਪਹਿਨਾ ਦਿਓ ਜਦੋਂ ਇਸ ਤੋਂ ਪੁੱਛਿਆ ਗਿਆ ਕਿ ਤੁਸੀਂ ਇਹ ਹੱਕ ਕਿਉਂ ਕਹਿ ਰਹੇ ਹੋ ਤਾਂ ਉਸ ਨੇ ਕਿਹਾ ਕਿ ਮੇਰੇ ਜਿਹੜਾ ਮੇਰਾ ਲਾਈਵ ਟੈਲੀਕਾਸਟ ਆ ਤੁਸੀਂ ਸਾਰੇ ਪਾਸੇ ਕਰਨਾ ਆ ਸਾਰੀ ਦੁਨੀਆ ਨੇ ਮੇਰਾ ਮੌਤ ਮੇਰੀ ਦੇਖਣੀ ਆ ਤੇ ਲੋਕਾਂ ਨੇ ਜਿਹੜੇ ਆ ਖੜੇ ਆ ਇਹਨਾਂ ਨੇ ਦੇਖਣੀ ਆ ਤੇ ਮੈਂ ਨਹੀਂ ਚਾਹੁੰਦਾ ਕਿ ਠੰਡ ਦੇ ਨਾਲ ਮੇਰਾ ਸਰੀਰ ਕੰਬੇ ਤੇ ਲੋਕ ਕਹਿਣ ਕਿ ਸਦਾਮ ਹਸੈਨ ਮੌਤ ਤੋਂ ਡਰਦਾ ਕੰਬਦਾ ਬਿਆਹ ਆ ਕਿਉਂਕਿ ਉਸ ਦਿਨ ਦਿਨ ਤਾਰੀਖ ਸੀਗੀ 30 ਦਸੰਬਰ ਸਾਲ ਸੀਗਾ 2006 ਤੇ ਬਕਰੀਦ ਦਾ ਦਿਹਾੜਾ ਸੀਗਾ ਮੁਸਲਮਾਨ ਭਾਈਚਾਰੇ ਦਾ ਸਦਾਮ ਹਸੈਨ ਚਾਹੁੰਦਾ ਸੀਗਾ ਕਿ ਇਰਾਕ ਜਿਹੜਾ ਆ ਉਹ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਸਭ ਤੋਂ ਅਮੀਰ ਮੁਲਕ ਬਣੇ ਤੇ ਇਸਦਾਮ ਹਸੈਨ ਦੇ ਰਾਜ ਦੇ ਵਿੱਚ ਇਸ ਨੇ ਆਪਣੇ ਮੁਲਕ ਦੇ ਵਿੱਚ ਯਾਨੀ ਕਿ ਹਸਪਤਾਲ ਸੜਕਾਂ ਤੇ ਸਕੂਲ ਬਹੁਤ ਜ਼ਿਆਦਾ ਤੇ ਮਸਜਿਦਾਂ ਜਿਹੜੀਆਂ ਕਿ ਬਣਵਾਈਆਂ ਨੇ ਤੇ ਇਸ ਦਾ ਇੱਕ ਇਸ ਨੇ ਕੰਪਲਸਰੀ ਕਰ ਦਿੱਤਾ ਸੀ ਯਾਨੀ ਕਿ ਜ਼ਰੂਰੀ ਕਰ ਦਿੱਤਾ ਸੀਗਾ ਕਿ ਹਰ ਬੱਚੇ ਨੇ ਪੜ੍ਹਨਾ ਹੀ ਪੜ੍ਹਨਾ ਆ ਕਿਉਂਕਿ ਇਸ ਨੇ ਬਹੁਤ ਜ਼ਿਆਦਾ ਲੈਬੋਰੀਟਰੀਆਂ ਵੀ ਬਣਾਈਆਂ ਸੀਗੀਆਂ ਜਿੱਥੇ ਕਿ ਨਵੇਂ-ਨਵੇਂ ਜਿਹੜੇ ਕਿ ਪ੍ਰਯੋਗ ਕੀਤੇ ਜਾਂਦੇ ਸੀਗੇ ਤੇ ਉਸ ਨੂੰ ਆਪਣੇ ਇਹ ਫੌਜ ਦੇ ਵਿੱਚ ਇਸਤੇਮਾਲ ਕਰਦੇ ਸੀ ਤੇ ਉਹ ਸਾਰਾ ਜਿਹੜਾ ਵੀ ਕੁਝ ਹੋ ਰਿਹਾ ਸੀ ਇਸ ਮੁਲਕ ਦੇ ਵਿੱਚ ਉਸ ਦੇ ਉੱਪਰ ਨਿਗਰਾਨੀ ਰੱਖੀ ਹੋਈ ਸੀਗੀ ਅਮਰੀਕਾ ਨੇ ਅਮਰੀਕਾ ਨਹੀਂ ਸੀ ਚਾਹੁੰਦਾ ਵੀ ਇਹ ਮੁਲਕ ਤਰੱਕੀ ਕਰੇ ਤੇ ਸਦਾਮ ਹਸੈਨ ਦਿਨ ਪੂ ਰਾਤ ਆਪਣੇ ਮੁਲਕ ਦੀ ਤਰੱਕੀ ਵਾਸਤੇ ਲੱਗਿਆ ਹੋਇਆ ਸੀਗਾ ਸਦਾਮ ਹਸੈਨ ਦੇ ਰਾਜ ਦੇ ਵਿੱਚ ਦੋ ਪਹੀਆ ਵਾਹਨ ਯਾਨੀ ਕਿ ਮੋਟਰਸਾਈਕਲ ਸਕੂਟਰ ਤੇ ਤਿੰਨ ਪਹੀਆ ਵਾਹਨ ਦੇ ਉੱਪਰ ਜਿਹੜਾ ਜੇਕਰ ਕੋਈ ਵੀ ਉਹ ਪੈਟਰੋਲ ਜਾਂ ਡੀਜ਼ਲ ਪਵਾਉਂਦੇ ਸੀਗੇ ਉਹ ਬਿਲਕੁਲ ਫਰੀ ਸੀਗੇ ਉਸ ਦਾ ਕੋਈ ਵੀ ਪੈਸਾ ਨਹੀਂ ਸੀ ਲੱਗਦਾ ਸਿਰਫ ਉਸੇ ਤੋਂ ਪੈਸਾ ਲਿਆ ਜਾਂਦਾ ਸੀਗਾ ਪੈਟਰੋਲ ਤੇ ਡੀਜ਼ਲ ਦਾ ਜਿਹੜਾ ਕਿ ਆਮਦਨ ਕਰਦਾ ਹੁੰਦਾ ਸੀ ਯਾਨੀ ਕਿ ਸਵਾਰੀਆਂ ਢੋਣ ਦਾ ਕੰਮ ਕਰਦਾ ਸੀ ਤੇ ਸਦਾਮ ਹਸੈਨ ਨੇ ਇੱਥੋਂ ਤੱਕ ਐਲਾਨ ਕਰਤਾ ਸੀਗਾ ਕਿ ਜੇਕਰ ਗਵਾਂਡੀ ਮੁਲਕ ਜਾਂ ਕੋਈ ਵੀ ਦੇਸ਼ ਸਾਡੇ ਤੋਂ ਪੈਟਰੋਲ ਤੇ ਡੀਜ਼ਲ ਲੈਣਾ ਚਾਹੁੰਦਾ ਆ ਤਾਂ ਸਾਨੂੰ ਉਹ ਆਪਣੇ ਦੇਸ਼ ਦੀ ਕਰੰਸੀ ਦੇ ਵਿੱਚ ਪੈਸੇ ਦੇ ਸਕਦਾ ਨਾ ਕਿ ਡਾਲਰ ਦੇ ਵਿੱਚ ਦੇਵੇ ਇਹ ਇੱਕ ਤੇਲ ਦੇ ਉੱਪਰ ਅੱਗ ਦੇ ਉੱਪਰ ਕਹਿੰਦੇ ਨੇ ਤੇਲ ਪਾਉਣ ਵਾਲਾ ਕੰਮ ਹੋ ਗਿਆ ਸੀਗਾ ਜਿਹੜਾ ਕਿ ਅਮਰੀਕਾ ਦੀ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀਗਾ ਅਮਰੀਕਾ ਪਹਿਲਾਂ ਵੀ ਜਿਹੜੇ ਸਮੇਂ-ਸਮੇਂ ਸਰ ਉਹ ਬੋਛੇ ਜਿਹੜਾ ਉਹ ਹਮਲੇ ਕਰਵਾ ਰਿਹਾ ਸੀਗਾ ਸਦਾਮ ਹਸੈਨ ਦੇ ਉੱਪਰ ਪਰ ਹਰ ਵਾਰ ਸਦਾਮ ਹਸੈਨ ਬਚੇ ਜਾਂਦਾ ਸੀਗਾ ਸਦਾਮ ਹਸੈਨ ਨੂੰ ਜਦੋਂ ਘਰ ਤੋਂ ਨਿਕਲਣਾ ਹੁੰਦਾ ਸੀਗਾ ਤਾਂ ਪਹਿਲਾਂ ਉਸ ਦਾ ਡੁਪਲੀਕੇਟ ਕੱਢਿਆ ਜਾਂਦਾ ਸੀਗਾ ਕਿੰਨੇ ਵਾਰੀ ਦਾ ਜਿਹੜੇ ਹਮਲੇ ਹੋਏ ਉਸ ਦੇ ਡੁਪਲੀਕੇਟ ਦੇ ਉੱਪਰ ਹੀ ਹੋਏ ਆ ਉਸ ਨੂੰ ਯਾਨੀ ਕਿ ਅਸਲੀ ਸਮਝ ਕੇ ਉਸ ਦੇ ਉੱਪਰ ਹਮਲੇ ਕੀਤੇ ਗਏ ਨੇ ਜਿਹੜਾ ਉਸ ਨੂੰ ਖਾਣਾ ਖਵਾਇਆ ਜਾਂਦਾ ਸੀਗਾ ਸਦਾਮ ਹਸੈਨ ਨੂੰ ਉਹਦੀ ਵੀ ਜਿਹੜੀ ਵੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਫੇਰ ਹੀ ਉਸ ਨੂੰ ਜਿਹੜਾ ਕਿ ਖਾਇਆ ਜਾਂਦਾ ਸੀਗਾ ਵੀ ਉਹ ਵੀ ਡਰ ਲੱਗਦਾ ਸੀ ਕੋਈ ਵੀ ਇਸ ਦੇ ਵਿੱਚ ਜ਼ਹਿਰ ਨਾ ਮਿਲਾ ਦੇਵੇ ਕਦੋਂ ਤੇ ਕਿੱਥੇ ਜਾਣਾ ਹੈ ਇਸ ਦੇ ਬਾਰੇ ਸਦਾਮ ਹਸੈਨ ਨੂੰ ਹੀ ਪਤਾ ਹੁੰਦਾ ਸੀ ਹੋਰ ਕਿਸੇ ਨੂੰ ਨਹੀਂ ਸੀ ਪਤਾ ਵੀ ਉਸ ਨੇ ਕਿੱਥੇ ਜਾਣਾ ਹੈ ਜਿਹੜਾ ਪਵਾੜਾ ਪਿਆ ਉਹ ਇੱਥੋਂ ਪਿਆ ਕਿ ਜਦੋਂ ਇਸ ਨੇ ਕੁਵੇਤ ਦੇ ਉੱਪਰ ਹਮਲਾ ਕੀਤਾ ਤੇ ਕਤਰ ਦੇ ਉੱਪਰ ਜਦੋਂ ਹਮਲਾ ਕੀਤਾ ਯਾਨੀ ਕਿ ਇਸ ਨੇ ਕੰਨ ਭਰ ਦਿੱਤੇ ਸਦਾਮ ਹਸੈਨ ਨੇ ਕਿ ਜਿਹੜੇ ਕਤਰ ਆ ਤੇ ਕੁਵੇਤ ਆ ਇਹ ਆਪਣਾ ਜਿਹੜਾ ਤੇਲ ਆ ਉਹ ਚੋਰੀ ਕਰਕੇ ਦੂਸਰੇ ਹੋਰ ਪਾਸੇ ਵੇਚਦੇ ਆ ਤੇ ਇਹ ਥੋੜਾ ਜਿਹਾ ਕੰਨਾਂ ਦਾ ਉਸ ਟਾਈਮ ਕੱਚਾ ਵਗ ਗਿਆ ਜਿਹਦੇ ਕਰਕੇ ਇਸ ਨੇ ਹਮਲਾ ਕਰ ਦਿੱਤਾ ਤੇ ਸਾਰੇ ਅਰਬ ਦੇਸ਼ ਜਿਹੜੇ ਆ ਉਹ ਡਰ ਗਏ ਕਿਉਂਕਿ ਸਾਰੇ ਅਰਬ ਦੇਸ਼ਾਂ ਦੇ ਵਿੱਚੋਂ ਨੰਬਰ 1 ਦੇ ਉੱਪਰ ਜਿਹੜਾ ਕਿ ਇਰਾਕ ਹੀ ਉਸ ਟਾਈਮ ਚੱਲ ਰਿਹਾ ਸੀਗਾ ਸਾਰੇ ਅਰਬ ਦੇਸ਼ ਇੱਕ ਹੋ ਗਏ ਉਹਨਾਂ ਨੇ ਕਿਹਾ ਵੀ ਇਸ ਨੂੰ ਜਿਹੜਾ ਕਿ ਦਬਾਇਆ ਜਾਵੇ ਉੱਥੋਂ ਜਿਹੜਾ ਹਥਿਆਰ ਆ ਉਹ ਦੇ ਦੇ ਅਮਰੀਕਾ ਨੇ ਕਿ ਲੜੋ ਆਪਸ ਵਿੱਚ ਤੇ ਇਸ ਨੂੰ ਤਬਾਹ ਕਰ ਦੇਵੋ ਅਮਰੀਕਾ ਨੇ ਆਪਣੀ ਫੌਜ ਤਾਰਤੀ ਤੇ ਇਸ ਨੂੰ ਜਿਹੜਾ ਕਿ ਟਾਈਮ ਦੇ ਨਾਲ ਹੀ ਜਿਹੜਾ ਕਿ ਜ਼ਾਮ ਹਸੈਨ ਨੂੰ ਕਾਬੂ ਕਰ ਲਿਆ ਗਿਆ ਤੇ 2030 ਦਸੰਬਰ ਨੂੰ ਜਿਸ ਦਿਨ ਮੁਸਲਮਾਨਾਂ ਦੀ ਬਖਰੀਦ ਹੁੰਦੀ ਆ ਉਸ ਦਿਨ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਤੇ ਇਹ ਗੱਲ ਅੱਜ ਅੱਜ ਦੀ ਡੇਟ ਦੇ ਵਿੱਚ ਵੀ ਹਕੀਕਤ ਆ ਕਿ ਇਰਾਕ ਦੇ ਲੋਕ ਅੱਜ ਵੀ ਅਜੇਹੇ ਰਾਸ਼ਟਰਪਤੀ ਨੂੰ ਮਿਸ ਕਰਦੇ ਉਸ ਨੂੰ ਲੋਕੀ ਯਾਦ ਕਰ ਕਰਕੇ ਰੋਂਦੇ ਆ ਕਿ ਜੇਕਰ ਉਹ ਜ਼ਿੰਦਾ ਹੁੰਦਾ ਤਾਂ ਪਤਾ ਨਹੀਂ ਸਾਡਾ ਮੋਲਕ ਕਿੱਥੇ ਦਾ ਕਿੱਥੇ ਹੁੰਦਾ ਤੇ ਸਾਡਾ ਮੋਲਕ ਜਿਹੜਾ ਆ ਕਿਸੇ ਗਲਤ ਦੇਸ਼ ਦੀ ਨਿਗਾਹ ਪੈਣ ਕਰਕੇ ਸਾਡਾ ਦੇਸ਼ ਜਿਹੜਾ ਆ ਉਹ ਬਰਬਾਦ ਹੋ ਗਿਆ ਤੇ ਨਹੀਂ ਸਾਡੇ ਵੀ ਜਿੱਦਾਂ ਦੁਬਈ ਵਾਲੇ ਛੇ ਘੁੰਮਦੇ ਆ ਤੇ ਅਸੀਂ ਵੀ ਇਦਾਂ ਘੁੰਮਣਾ ਸੀਗਾ ਜੇਕਰ ਅੱਜ ਜਾਂਦਾ ਹੁੰਦਾ ਤਾਂ ਜਿਹੜੀ ਮਹਿੰਗਾਈ ਆ ਉਹ ਵੀ ਕੰਟਰੋਲ ਦੇ ਵਿੱਚ ਹੋਣੀ ਸੀਗੀ ਕਿਉਂਕਿ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਤੇਲ ਨਿਕਲਦਾ ਆ ਤਾਂ ਵੱਡੀਆਂ-ਵੱਡੀਆਂ ਪ੍ਰਾਈਵੇਟ ਕੰਪਨੀਆਂ ਆ ਕੇ ਉਸ ਦਾ ਕੰਟਰੈਕਟ ਸਾਈਨ ਕਰਕੇ ਤੇਲ ਉਥੋਂ ਕੱਢਦੀਆਂ ਨੇ ਜਿਹਦੇ ਕਰਕੇ ਤੇਲ ਦੇ ਜਿਹੜੇ ਭਾਅ ਆ ਉਹ ਵਧ ਜਾਂਦੇ ਆ ਤੇਲ ਹੁਣ ਪੈਂਦਾ ਆ ਆਪਣੇ ਸਾਰੇ ਟਰਾਂਸਪੋਰਟਾਂ ਦੇ ਵਿੱਚ ਲਗਾ ਲੋ ਤੇ ਟਰਾਂਸਪੋਰਟ ਜੇਕਰ ਮਹਿੰਗੀ ਹੋ ਗਈ ਤਾਂ ਮੰਗਾਈ ਆਪਣੇ ਆਪ ਹੀ ਉੱਪਰ ਨੂੰ ਜਾਂਦੀ ਆ ਜੇਕਰ ਸਦਾਮ ਹਸੈਨ ਜਾਂਦਾ ਹੁੰਦਾ ਤੇਲ ਦੇ ਭਾਅ ਜਿਹੜੇ ਆ ਉਹ ਕੰਟਰੋਲ ਦੇ ਵਿੱਚ ਰਹਿਣੇ ਸੀਗੇ ਇਹੀ ਗਲਤੀ ਕੀਤੀ ਸੀਗੀ ਗਦਾਫੀ ਨੇ ਗਦਾਫੀ ਵੀ ਉਹਨਾਂ ਦੇ ਖਿਲਾਫ ਬੋਲਿਆ ਸੀਗਾ ਜਿਦੇ ਕਰਕੇ ਉਹਨਾਂ ਨੇ ਕਿਹਾ ਕਿ ਵੀ ਅਸ਼ੰਕ ਗਦਾਫੀ ਵੀ ਸਿਰ ਚੱਕਦਾ ਆ ਗਦਾਫੀ ਨੂੰ ਵੀ ਫੜ ਕੇ ਦਬੋਚ ਲਿਆ ਸਦਾਮ ਹਸੈਨ ਨੂੰ ਵੀ ਦਬੋਚ ਲਿਆ ਜੇਕਰ ਕੋਈ ਵੀ ਮੁਲਕ ਅਮਰੀਕਾ ਦੇ ਖਿਲਾਫ ਬੋਲਦਾ ਆ ਉਹਨਾਂ ਦੇ ਡਾਲਰ ਦੇ ਨਾਲ ਛੇੜਖਾਨੇ ਕਰਨ ਦੀ ਕੋਸ਼ਿਸ਼ ਕਰਦਾ ਆ ਤਾਂ ਉਹ ਉਹਨਾਂ ਦੀ ਨਿਗਰਾਨੀ ਰੱਖੀ ਵੀ ਹੁੰਦੀ ਆ ਵੀ ਕਦੋਂ ਕੀ ਸ਼ਰਾਰਤ ਹੁੰਦੀ ਹੈ ਤੇ ਉਦੋਂ ਹੀ ਉਹ ਦਬੋਚ ਲੈਂਦੇ ਆ ਜੇਕਰ ਸਦਾਮ ਹਸੈਨ ਜਿਉਂਦਾ ਹੁੰਦਾ ਤਾਂ ਤੇਲ ਦੇ ਜਿਹੜੇ ਆ ਕੀਮਤਾਂ ਆ ਉਹ ਨਾਰਮਲ ਰਹਿੰਦੀਆਂ ਜਿਸ ਦੇ ਕਰਕੇ ਮਹਿੰਗਾਈ ਜਿਹੜੀ ਆ ਉਹ ਕੰਟਰੋਲ ਦੇ ਵਿੱਚ ਰਹਿਣੀ ਸੀਗੀ ਤੇ ਇੰਨੀ ਮਹਿੰਗਾਈ ਜਿਹੜੀ ਆ ਕਿ ਨਹੀਂ ਸੀ ਹੋਣੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਕਹਿਣ ਵਾਲੀਆਂ ਜਿਹੜੀਆਂ ਇਸ ਵੀਡੀਓ ਦੇ ਵਿੱਚ ਰਹਿ ਗਈਆਂ ਹੋਣਗੀਆਂ ਜੇਕਰ ਤੁਹਾਨੂੰ ਪਾਰਟ 2 ਚਾਹੀਦਾ ਮੈਂ ਜ਼ਰੂਰ ਲੈ ਕੇ ਆਵਾਂਗਾ ਕਮੈਂਟ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਮਿਲਦੇ ਆ ਨਵੀਂ ਜਨ ਕਰਦੇ ਨਾਲ ਆਪਣਾ ਖਿਆਲ ਰੱਖਿਓ